ਤੁਮ ਸਤਿ ਸ਼੍ਰੀ ਅਕਾਲ ਸ਼ਫਕਤ ਆਵਾਨ ਐਡਵੋਕੇਟ ਇੱਕ ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਮੈਂ ਜੀ ਬੜਾ ਸੋਚਦਾ ਰਹਿੰਦਾ ਵਾਂ ਪੰਜਾਬ ਦੇ ਬਾਰੇ 'ਚ, ਇਹ ਖਾਸ ਕਰ ਜਿਹੜਾ ਬਾਹਰ ਜਿਹਨੂੰ ਕਹਿੰਦੇ ਸੈਂਟਰਲ ਪੰਜਾਬ, ਜਿਹੜਾ ਗੋਰਿਆਂ ਨੇ ਪੰਜਾਬੀਆਂ ਕੋਲੋਂ ਆਬਾਦ ਕਰਵਾਇਆ, ਚੜ੍ਹਦੇ ਪੰਜਾਬ 'ਚੋਂ ਲੋਕ ਇੱਧਰ ਆਏ ਜਾਂ ਸਿਆਲਕੋਟ ਦੇ ਕੁਛ ਲੋਕ ਸੀ ਉਹਨਾਂ ਦੇ ਇੱਥੇ ਪਿੰਡ ਸਾਡੇ ਕਿਸ ਤਰ੍ਹਾਂ ਉਕਾੜੇ 'ਚ ਹੈਗਾ ਵੀ 18 ਜਿਹੜੀ ਹੈਗੀ, 34 ਜਿਹੜੀ, 24 ਜਿਹੜੀ, ਇਹ ਸਿਆਲਕੋਟੀਆਂ ਦੇ ਪਿੰਡ ਹੈਗੇ, ਹੋਰ ਵੀ ਹੋਣਗੇ ਇੱਥੇ, ਅਤੇ ਇਹ ਮੈਨੂੰ ਤਿੰਨਾਂ ਪਿੰਡਾਂ ਦਾ ਪਤਾ ਹੈਗਾ। ਅੱਜ ਮੈਂ ਇੱਕ ਚੱਕ 'ਚ ਗਿਆ ਜੀ, 14 ਵਾਲੇ ਨੂੰ ਕਹਿੰਦੇ ਨੇ, ਅਤੇ ਦੋਸਤ ਹੈਗੇ ਸੀ, ਉਹਨਾਂ ਦੀ ਵਾਲਦਾ ਫੌਤ ਹੋਈ ਅਤੇ ਅਸੀਂ ਦੋਸਤ ਉੱਥੇ ਗਏ ਉਹਨਾਂ ਕੋਲ ਅਫਸੋਸ ਕਰਨ, ਅਤੇ ਗੱਲਾਂ ਕਿਹੜੀਆਂ ਸੀਗੀਆਂ, ਗੱਲਾਂ ਪਾਰਟੀਸ਼ਨ ਤੋਂ ਪਹਿਲਾਂ ਦੀਆਂ, ਵੰਡ ਤੋਂ ਪਹਿਲਾਂ ਦੀਆਂ ਹੀ ਹੁੰਦੀਆਂ ਰਹੀਆਂ। ਮੈਨੂੰ ਪਤਾ ਸੀ ਉਹਨਾਂ ਦੇ ਵੱਡਿਆਂ ਦਾ ਕਿਹੜਾ ਪਿੰਡ ਹੈਗਾ, ਬੂਟਾ ਸੀ ਜਲੰਧਰ ਦੇ ਨਜ਼ਦੀਕ, ਸ਼ਹਿਰ ਦੇ ਨਜ਼ਦੀਕ, ਅਤੇ ਇੱਥੇ ਵੀ ਉਹਨਾਂ ਦੇ ਵੱਡੇ ਕਿਹੜੇ ਆਏ ਇੱਥੇ, ਉਹਨਾਂ ਦੇ ਦਾਦਾ ਜੀ, ਅਤੇ ਉਹਨਾਂ ਨੂੰ ਇੱਥੇ ਜ਼ਮੀਨ ਇੱਕ ਚੱਕ 'ਚ 14L 'ਚ ਮਿਲੀ। ਇਹ ਸ਼ਹਿਰ ਦੇ ਨਜ਼ਦੀਕ ਪਿੰਡ ਹੈਗਾ ਸੀ। ਉਕਾੜਾ ਸ਼ਹਿਰ ਕਿਹੜਾ ਵੇ, ਇਹ ਗੋਰੇ ਨੇ ਆਬਾਦ ਕੀਤਾ ਲੋਹਰ ਬਾਰੀ ਦੁਆਬ ਦੇ ਨਾਲ। ਲੋਹਰ ਬਾਰੀ ਦੁਆਬ 'ਚ 1914 'ਚ ਪਾਣੀ ਆ ਗਿਆ, ਇਹ ਪਿੰਡ ਆਬਾਦ ਹੋਏ, ਫਿਰ ਸ਼ਹਿਰ ਬਣਿਆ। ਔਰ ਉਕਾੜਾ ਮੰਡੀ ਬੜੀ ਮਸ਼ਹੂਰ ਇੱਥੇ ਦੀ, ਗੱਲਾ ਮੰਡੀ ਵੀ। ਰੇਲਵੇ ਸਟੇਸ਼ਨ ਕਿਹੜਾ ਵੇ, ਉਹ 1927 'ਚ ਕਿਹੜਾ ਵੇ, ਉਹ ਇੱਥੇ ਬਣ ਗਿਆ। ਰੇਲਵੇ ਸਟੇਸ਼ਨ ਵੀ ਟਰੈਕ ਵਿੱਚ ਗਿਆ, ਅਤੇ ਟਰਾਂਸਪੋਰਟੇਸ਼ਨ ਲਈ ਕਿਹੜਾ ਵੇ, ਉਹ ਰੇਲਵੇ ਸਟੇਸ਼ਨ ਕਿਹੜਾ, ਰੇਲ ਯਾਨੀ ਕਿ ਟ੍ਰੇਨ ਕਿਹੜੀ ਸੀ ਉਹ ਕੰਮ ਆਉਂਦੀ ਸੀ, ਇੱਥੋਂ ਜਿੰਸਾਂ ਵੀ ਜਾਂਦੀਆਂ ਸੀ ਅਤੇ ਲੋਕਾਂ ਦੀ ਆਮਦ ਜਾਮਦ ਵੀ ਉਹਦੇ ਨਾਲ ਹੁੰਦੀ ਸੀ। ਕਹਿਣ ਦਾ ਮਤਲਬ ਇਹ ਵੇ ਕਿ ਕਿਹੜਾ ਸਾਡੇ ਦੋਸਤ ਸੀ ਸ਼ਕੀਲ ਫਜ਼ਲ ਸਾਹਿਬ, ਉਹਨਾਂ ਨੂੰ ਉਹਨਾਂ ਦੇ ਖਾਨਦਾਨ ਨੂੰ ਅੱਜ ਵੀ ਬੂਟਾ ਵਾਲੇ ਕਹਿੰਦੇ ਹੈਗੇ। ਅਰਾਈ ਫੈਮਿਲੀ ਨਾਲ ਉਹਨਾਂ ਦਾ ਤਲਕ ਸੀ, ਅਤੇ ਉਹ ਖੁਦ ਉਹ ਕਿਹੜੇ ਇੰਗਲੈਂਡ 'ਚ ਰਹਿੰਦੇ ਹੈਗੇ, ਸਕੋਟਲੈਂਡ ਗਲਾਸਗੋ ਸ਼ਹਿਰ 'ਚ ਰਹਿੰਦੇ ਹੈਗੇ। ਅਤੇ ਅਸੀਂ ਉਹੀ ਗੱਲਾਂ ਕਰਦੇ ਰਹੇ ਕਿ ਜੀ ਸਾਡੇ ਪੜਦਾਦੇ ਨੂੰ ਜ਼ਮੀਨ ਕਹਿੰਦੇ ਜੀ ਮਰਬਾ ਮਿਲੀ, ਲੇਕਿਨ ਉਹਨਾਂ ਦੀ ਡੈਥ ਹੋ ਗਈ ਪਾਰਟੀਸ਼ਨ ਤੋਂ ਪਹਿਲਾਂ ਹੀ ਇੱਥੇ ਆਉਣ ਤੋਂ, ਯਾਨੀ ਕਿ ਬਾਹਰ ਆਉਣ ਤੋਂ ਪਹਿਲਾਂ। ਅਤੇ ਫਿਰ ਦਾਦਾ ਜੀ ਕਿਹੜੇ ਸੀ ਸਾਡੇ, ਦੋ ਭਾਈ ਸੀ, ਜੋ ਅੱਧਾ ਅੱਧਾ ਮੁਰਾਬਾ ਮਿਲ ਗਿਆ। ਬਹੁਤ ਕੀਮਤੀ ਜਗ੍ਹਾ ਹੈਗੀ ਉੱਥੇ ਦੀ ਇੱਕ ਚੱਕ ਦੀ, ਅਤੇ ਇਹ ਕਿਹੜੇ ਲੋਕ ਪਾਰਟੀਸ਼ਨ ਤੋਂ ਬਾਅਦ, ਯਾਨੀ ਕਿ ਅਸੀਂ ਕਿਹੜੇ ਤੀਸਰੀ ਨਸਲ ਸਾਡੀ, ਔਰ ਸਾਡੇ ਤੋਂ ਅਗਲੀ ਨਸਲ ਕਿਹੜੀ ਹੈਗੀ, ਉਹ ਵੀ ਜਾਂ ਤੁਸੀਂ ਮਹਾਜਰ ਹੋ ਜਾਂ ਇੱਥੇ ਦੇ ਲੋਕ ਹੋ, ਤੁਸੀਂ ਪਨਾਹੀ ਹੋ ਜਾਂ ਇੱਥੇ ਲੋਕਲ ਜਾਂ ਜਾਮਲੀ ਹੈਗੇ ਹੋ। ਅਤੇ ਇਹ ਚੀਜ਼ ਪਤਾ ਨਹੀਂ ਕਦੋਂ ਤੱਕ ਚੱਲਣੀ ਹੈਗੀ। ਮੈਨੂੰ ਲੱਗਦਾ ਵੇ ਜਦੋਂ ਤੱਕ ਕਿਹੜਾ ਵੇ ਆਪਣਾ ਦੁਨੀਆ ਹੈ, ਪਾਕਿਸਤਾਨ ਹੈ, ਪੰਜਾਬ ਹੈਗਾ, ਅਤੇ ਇਹ ਸਿਲਸਿਲਾ ਚੱਲਦਾ ਰਹਿਣਾ। ਇਸੇ ਤਰ੍ਹਾਂ ਹੀ ਉੱਧਰ ਇੰਡੀਆ 'ਚ ਚੜ੍ਹਦੇ ਪੰਜਾਬ ਜਾਂ ਹਰਿਆਣਾ ਜਾਂ ਰਾਜਸਥਾਨ, ਬੀਕਾਨੇਰ ਕਿਹੜਾ ਨਾ, ਹਿਮਾਚਲ ਪ੍ਰਦੇਸ਼, ਉੱਧਰ ਦੇ ਲੋਕ ਕਿਹੜੇ ਨੇ ਜਿਹਨਾਂ ਨਾਲ ਸਾਡੇ ਰਾਬਤੇ ਨੇ, ਅਤੇ ਉਹ ਇੱਧਰੋਂ ਗਏ ਹੋਏ ਲਹਿੰਦੇ ਪੰਜਾਬ 'ਚ, ਉਹਨਾਂ ਦੇ ਬੜੇ ਗਏ ਦੋਸਤ ਨੇ ਸਾਡੇ, ਇੱਕ ਸੁਭਾਸ਼ ਭੋਲਾ ਜੀ ਵੀ ਉਹਨਾਂ ਨੂੰ ਕਹਿੰਦੇ ਹੈਗੇ, ਅਤੇ ਉਹ ਹਰਿਆਣਾ 'ਚ ਰਹਿੰਦੇ ਨੇ। ਉਹ ਮੇਰੇ ਨਜ਼ਦੀਕ ਹੀ ਹੈਗਾ ਵੇ ਥਾਣਾ ਬਾਲਕ, ਹੁਣ ਤਹਿਸੀਲ ਉਹਨਾਂ ਦੀ ਕਿਹੜੀ ਹੈਗੀ, ਉਹ ਤਾਂਦਲਿਆਂ ਵਾਲਾ, ਉੱਥੇ ਉਹਨਾਂ ਦਾ ਪਿੰਡ ਸੀ। ਅਤੇ ਅਸੀਂ ਉੱਥੋਂ ਗੁਜ਼ਰ ਰਹੇ ਸੀ ਇਸਲਾਮਾਬਾਦ ਲਈ, ਉਹ ਮੈਂ ਵੀਡੀਓ ਲਾਈ ਅਤੇ ਉਹਦੇ 'ਤੇ ਉਹਨਾਂ ਦਾ ਕਮੈਂਟ ਆਇਆ ਕਿ ਜੋਗ ਦਿੱਤਾ ਸੀ, ਅਸੀਂ ਜੋਗ ਦਿੱਤਾ ਜਾ ਰਹੇ ਸੀ। ਉਹ ਕਹਿੰਦੇ ਜੀ ਕਿ ਮੇਰੇ ਵਾਲਿਦ ਸਾਹਿਬ ਜਿਹੜੇ ਉਹ ਜੋਗ ਦਿੱਤਾ 'ਚ ਪਾਰਟੀਸ਼ਨ ਤੋਂ ਪਹਿਲਾਂ, ਕਿਉਂਕਿ ਜਦੋਂ ਪਾਰਟੀਸ਼ਨ ਹੋਈ ਅਤੇ ਉਹਨਾਂ ਦੀ ਉਮਰ ਕਿਹੜੀ ਸੀ, 35 ਸਾਲ ਸੀ। ਉਹ ਇੱਥੇ ਜੋਗ ਦਿੱਤਾ ਦੇ ਵਿੱਚ ਨਾ ਬਲੋਚਾਂ ਦੇ ਪਿੰਡ ਹੈਗਾ, ਬਲੋਚ ਜ਼ਿਆਦਾ ਨੇ ਉੱਥੇ, ਅਤੇ ਉਹ ਉੱਥੇ ਉਹਨਾਂ ਦਾ ਦੋਸਤ ਹੈਗਾ ਸੀ ਮੁਸਲਮਾਨ, ਉੱਥੇ ਉਹ ਪੜ੍ਹਨ ਆਉਂਦੇ ਸੀ। ਅਤੇ ਇਸੇ ਤਰ੍ਹਾਂ ਹੀ ਉਹਨਾਂ ਦਾ ਪਿੰਡ ਕਿਹੜਾ ਵੇ, ਉੱਥੇ ਬਲੋਚ ਨੇ, ਅਤੇ ਉਹ ਉਹਨਾਂ ਦੇ ਆਪਣਾ ਕਿਹੜਾ ਹਵੇਲੀ ਸੀ, ਉਹ ਉੱਥੇ ਦੇ ਨੰਬਰਦਾਰ ਨੂੰ ਕਿਹੜੀ ਸੀ ਉਹ ਚਾਬੀ ਦੇ ਗਏ, ਔਰ ਉਹ ਘਰ ਕਿਹੜਾ ਉਹਨਾਂ ਦੇ ਹਵਾਲੇ ਕਰ ਗਿਆ। ਉਹ ਘਰ ਅਜੇ ਤੱਕ ਕਾਇਮ ਹੈਗਾ ਵੇ,
ਉਹ ਉੱਥੇ ਜ਼ੁਲਮ ਰਹਿੰਦੇ ਨੇ ਵਕੀਲ ਸਾਹਿਬ, ਅਤੇ ਉੱਥੇ ਵੀ ਅਸੀਂ ਜਾ ਕੇ ਮੈਂ ਵੀਡੀਓ ਬਣਾਵਾਂਗਾ। ਮਕਸਦ ਸਿਰਫ ਇੰਨਾ ਹੈਗਾ ਕਿ 77 ਸਾਲ 78 ਹੋ ਗਿਆ ਪਾਕਿਸਤਾਨ ਇੰਡੀਆ ਨੂੰ ਮੁਲਕਾਂ ਨੂੰ ਬਣਿਆ ਨੂੰ, ਲੇਕਿਨ ਲੋਕ ਕਿਹੜੇ ਨੇ ਉਹ ਅੱਜ ਵੀ ਕਿ ਲੋਕਲ ਅਤੇ ਮਹਾਜਰ ਦੇ ਚੱਕਰਾਂ 'ਚ ਲੋਕ ਕਿਹੜੇ ਨੇ ਉਹ ਨਹੀਂ ਭੁੱਲੇ। ਤੀਸਰੀ ਚੌਥੀ ਨਸਲ ਕਿਹੜੀ ਕਿ ਜੀ ਸਾਡੇ ਵੱਡੇ ਕਿਹੜੇ ਸੀ, ਫਲਾਂ ਪਿੰਡ ਦੇ ਸੀ, ਫਲਾਂ ਜ਼ਿਲ੍ਹਾ ਸੀ ਜਾਂ ਫਲਾਂ ਸ਼ਹਿਰ 'ਚ ਰਹਿੰਦੇ ਸੀ, ਇਸੇ ਤਰ੍ਹਾਂ ਹੀ ਉੱਧਰ ਕਿਹੜੇ ਲੋਕ ਹੈਗੇ ਉਹ ਇੱਥੇ ਦੇ ਨੂੰ ਕਹਿੰਦੇ ਇੱਥੇ ਦੀ ਯਾਦ ਕਰਦੇ ਹੈਗੇ, ਹਾਲਾਂਕਿ ਉਹ ਦੇਖਿਆ ਵੀ ਨਹੀਂ ਹੋਇਆ ਉਹਨਾਂ ਨੇ। ਅਤੇ ਉਹ ਮੇਰਾ ਦਾਦਾ ਜੀ ਕਿਹੜੇ ਸੀ ਜੀ, ਉਹ ਇੱਥੋਂ ਗਏ ਸੀ, ਉੱਧਰੋਂ ਆਏ ਸੀ, ਇਹ ਸਾਰੀਆਂ ਚੀਜ਼ਾਂ ਕਿਹੜੀਆਂ। ਕਿਤੇ ਮੈਂ ਹੁਣ ਤੁਹਾਨੂੰ ਇੱਕ ਗੱਲ ਦੱਸਣਾ ਕਿ ਮੈਨੂੰ ਉਹ ਭੋਲਾ ਜੀ ਨੇ ਦੱਸਿਆ ਜੀ ਕਿ ਮੈਂ ਅੰਬਾਲੇ ਗਿਆ, ਉੱਥੇ ਡਾਕਟਰ ਨੇ ਮੁਹੰਮਦ ਅਲੀ ਸਾਹਿਬ ਐੱਮ ਅਲੀ ਆਵਾਨ, ਮੇਰੇ ਲਈ ਕਿਹੜੀ ਇਹ ਗੱਲ ਕਿਹੜੀ ਸੀ ਨਾ ਬੜੀ ਹੈਰਾਨਕੁਨ ਸੀ ਕਿ ਸਾਨੂੰ ਕਿਹੜਾ ਦੱਸਿਆ ਗਿਆ ਜਾਂ ਸਾਨੂੰ ਕਿਹੜੀ ਇਨਫੋਰਮੇਸ਼ਨ ਹੈਗੀ। ਉਹ ਹੈ ਕਿ ਉੱਥੋਂ ਆਵਾਨ ਫੈਮਿਲੀ ਸਾਰੀ ਕਿਹੜੀ ਸੀ, ਉਹ ਲੁਧਿਆਣੇ 'ਚੋਂ, ਜਲੰਧਰ 'ਚੋਂ, ਹੁਸ਼ਿਆਰਪੁਰ ਤੋਂ ਇਹ ਲੋਕ ਕਿਹੜੇ ਸੀ ਨਾ ਆ ਗਏ ਹੋਏ ਸੀ ਇੱਧਰ, ਫਿਰੋਜ਼ਪੁਰ 'ਚ ਵੀ ਸੀ ਆਵਾਨ ਅੱਛੇ ਖਾਸੇ, ਅਤੇ ਉਹ ਉਹਨਾਂ ਨੇ ਮਾਈਗ੍ਰੇਸ਼ਨ ਕਰ ਲਈ ਆਵਾਨ ਦੇ ਵੇਲੇ, ਉਹ ਪਾਕਿਸਤਾਨ 'ਚ ਆ ਗਏ ਲੈਂਦੇ ਪੰਜਾਬ, ਅਤੇ ਉੱਧਰ ਕੋਈ ਨਹੀਂ ਹੈਗਾ। ਉਹ ਕਦੋਂ ਉਹਨਾਂ ਨੇ ਭੋਲਾ ਜੀ ਨੇ ਦੱਸਿਆ, ਅਤੇ ਮੇਰੇ ਲਈ ਬੜਾ ਹੈਰਾਨੀ ਵਾਲੀ ਗੱਲ, ਮੈਂ ਕਿਹਾ ਜੀ ਮੇਰੀ ਉਹਨਾਂ ਦੇ ਨਾਲ ਗੱਲ ਕਰਾਉਣਾ ਜਾਂ ਪੁੱਛਾਂ ਉਹ ਕਿੱਥੇ ਦੇ ਰਹਿਣੇ ਵਾਲੇ। ਉਹ ਫਿਰ ਉਹਨਾਂ ਨੇ ਦੱਸਿਆ ਜੀ ਕਿ ਉਹ ਕਿਹੜੇ ਨੇ, ਹੁਸ਼ਿਆਰਪੁਰ ਦੇ ਕੋਲ ਉਹਨਾਂ ਦਾ ਪਿੰਡ ਹੈਗਾ ਮਕੇਰੀਆਂ ਦੇ ਕੋਲ ਦੱਸੋ ਇਹਦੇ, ਅਤੇ ਉਹ ਉੱਥੇ ਦੇ ਰਹਿਣੇ ਵਾਲੇ ਨੇ, ਆਵਾਨ ਹੀ ਨੇ, ਅਤੇ ਆਵਾਨ ਫੈਮਿਲੀ 'ਚ ਉਹਨਾਂ ਦੀ ਸ਼ਾਦੀ ਹੋਈ ਡਾਕਟਰ ਸਾਹਿਬ ਦੀ, ਉਹਨਾਂ ਦੀ ਮਿਸਿਜ਼ ਵੀ ਆਵਾਨ ਹੈਗੀ, ਅਤੇ ਉਹ ਕਿਹੜੇ ਨੇ ਉਹਨਾਂ ਦੇ ਵਾਲ ਦਾਦਾ ਜੀ ਕਿਹੜੇ ਨੇ, ਉਹ ਕਹਿੰਦਾ ਕਿ 90 ਸਾਲ ਦੇ ਨੇ, ਅਤੇ ਉਹ ਮੇਰੀ ਕੋਸ਼ਿਸ਼ ਹੈਗੀ ਜੇ ਭੋਲਾ ਜੀ ਮੇਰੀ ਉਹਨਾਂ ਨਾਲ ਗੱਲ ਕਰਾ ਦੇਣ। ਅਤੇ ਇਸ ਤਰ੍ਹਾਂ ਦੀ ਪਾਰਟੀਸ਼ਨ ਨੇ ਕਿਹੜਾ ਵੇ ਬੜਾ ਅਜੀਬ ਜਿਹਾ ਉੱਥਲ ਪੁੱਥਲ ਕੀਤੀ ਹੈਗੀ, ਕੁਛ ਪਤਾ ਨਹੀਂ ਹੈਗਾ 77-78 ਸਾਲ ਬਾਅਦ ਵੀ ਲੋਕ ਕਿਹੜੇ ਨੇ, ਕੋਈ ਅਗਰ ਕੋਈ ਜ਼ਿੰਦਾ ਨੇ ਤਾਂ ਉਹ ਆਪਣਿਆਂ ਨੂੰ ਮਿਲਦੇ ਪਏ। ਔਰ ਇਹ ਅੱਜ ਦੀ ਗੱਲ ਸਿਰਫ ਇਹ ਸੀ ਕਿ ਅਸੀਂ ਗਏ 14L ਉਖਾੜਾ ਦੀ ਤਹਿਸੀਲ ਦਾ ਪਿੰਡ ਹੈਗਾ, ਬਿਲਕੁਲ ਉਖਾੜੇ ਦੇ ਨਾਲ ਹੀ ਔਰ ਮਿਲ ਗਿਆ ਹੋਇਆ, ਜ਼ਰਾਈ ਰਕਬੇ ਉਹਨਾਂ ਦੇ ਖਤਮ ਹੋ ਗਏ। ਉਹ ਦੱਸ ਰਿਹਾ ਸੀ ਦੋਸਤ ਸਾਡਾ ਕਿ ਉਹਨਾਂ ਦੇ 2-2.5 ਕਿੱਲੇ ਬਚ ਗਏ ਹੈਗੇ, ਅਤੇ ਬਾਕੀ ਸਾਰੀਆਂ ਸੁਸਾਇਟੀਜ਼ ਬਣ ਗਈਆਂ, ਕਲੋਨੀਆਂ ਬਣ ਗਈਆਂ, ਔਰ ਪਿੰਡ ਦਾ ਕਿਹੜਾ ਵੇ ਉਹ ਸ਼ਹਿਰ ਦੇ ਨਾਲ ਰਲ ਗਿਆ ਹੈਗਾ। ਇਹ ਵੰਡ ਕਿਹੜੀ 1947 ਦੀ ਵੰਡ ਕਿਹੜੀ, ਉਹਨੇ ਬਹੁਤ ਸਾਰੇ ਰੱਫੜ ਪਾਏ, ਬਹੁਤ ਸਾਰੇ ਲੋਕਾਂ ਨੂੰ ਕਿਹੜਾ ਡਿਸਟਰਬ ਕੀਤਾ, ਅਤੇ ਲੇਕਿਨ ਇਹ ਚੀਜ਼ ਚੱਲਦੀ ਰਹਿੰਦੀ ਜੀ, ਮੁਲਕ ਨਵੇਂ ਬਣਦੇ ਰਹਿੰਦੇ ਹੈਗੇ, ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਰਹਿੰਦੇ ਹੈਗੇ, ਅਤੇ ਇਹ ਸਿਲਸਿਲਾ ਤਾਂ ਕਿਆਮਤ ਰਹਿਣਾ ਨੇ। ਅਸਲਾਮ ਵਾਲੇਕੁਮ ਜੀ।